ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੀਤੀ ਰਾਤ ਐਲੀ ਮੰਗਟ ਨੂੰ ਮੋਹਾਲੀ ਦੇ 88 ਸੈਕਟਰ ਵਿੱਚੋਂ ਗ੍ਰਿਫਤਾਰ ਕਰ ਲਿਆ ਗਿਆ ਸੀ, ਜਿਸ ਤੋਂ ਬਾਅਦ ਉਸਨੂੰ ਹਾਈ ਕੋਰਟ ਵਿੱਚ ਪੇਸ਼ ਕੀਤਾ ਗਿਆ। ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਐਲੀ ਮੰਗਟ ਨੂੰ 2 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਐਲੀ ਮੰਗਟ ਉੱਪਰ ਬੀਤੀ ਰਾਤ ਫਾਇਰਿੰਗ ਦੇ ਇਲਜ਼ਾਮ ਵੀ ਲਾਏ ਗਏ ਹਨ। ਇਨ੍ਹਾਂ ਇਲਜ਼ਾਮਾਂ ਨੂੰ ਨਕਾਰਦੇ ਐਲੀ ਮੰਗਟ ਨੇ ਕਿਹਾ ਕਿ ਮੁੰਡਿਆਂ ਨੇ ਫਾਇਰਿੰਗ ਨਹੀਂ ਕੀਤੀ। ਇਸ ਨਾਲ ਐਲੀ ਵੱਲੋਂ ਖੰਡੇ ਦਾ ਅਪਮਾਨ ਕਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਗਿਆ, ਜਿਸ ਸੰਬੰਧੀ ਉਹਨਾਂ ਦੀ ਜ਼ਮਾਨਤ ਅੱਜ ਰੱਦ ਕਰ ਦਿੱਤੀ ਗਈ ਤੇ 2 ਦਿਨਾਂ ਬਾਅਦ ਉਹਨਾਂ ਨੂੰ ਫਿਰ ਕੋਰਟ ਪੇਸ਼ ਕੀਤਾ ਜਾਵੇਗਾ। ਕੋਈ ਵੀ ਮਾੜਾ ਨਹੀਂ ਕਹਿ ਸਕਦਾ ਖੰਡੇ ਨੂੰ, ਇਹ ਤੁਹਾਨੂੰ ਵੀ ਪਤਾ। ਉਹ ਕੈਂਠਾ ਕਿਹਾ ਸੀਗਾ ਜੀ, ਉਹ ਖੰਡਾ ਬਣਾ ਲਿਆ ਉਹਨਾਂ ਨੇ ਸਰ ਜੀ। ਕੋਈ ਗੋਲੀ ਨਹੀਂ ਚੱਲੀ, ਤੁਸੀਂ ਵੀ ਉੱਥੇ ਹੀ ਖੜੇ ਸੀ, ਤੁਹਾਨੂੰ ਸੁਣੀ ਕੋਈ ਗੋਲੀ? ਐਡਵੋਕੇਟ ਆ ਪਹਿਲੀ ਮੈਗਨਟ ਤੇ ਦੂਸਰਾ ਜਿਹੜਾ ਮੁੰਡਾ ਸੀ ਹਾਦੀ ਰੰਮੀ ਹੈਗਾ, ਉਹਦੀ ਤੇ FIR ਹੋ ਚੁੱਕੀ ਹੈ। ਉਹਨੂੰ ਬੇਲ ਆਊਟ ਕਰ ਦਿੱਤਾ ਗਿਆ ਸੀ ਤੇ ਉੱਥੇ ਕਿਤੇ ਪਹੁੰਚਿਆ ਉਹਨੇ, ਇਹਨੂੰ ਆਪ ਚੈਲੰਜ ਕਰਾਇਆ, ਇਹਨੂੰ ਆਪ ਹੀ ਬੁਲਾਇਆ ਸੀ ਤੇ ਉੱਥੇ ਸਪੋਰਟਰ ਇਕੱਠੇ ਹੋ ਗਏ ਸੀ, 200-300 ਕੋਈ ਬੰਦਾ ਇਕੱਠਾ ਹੋਇਆ ਸੀ ਸਪੋਰਟਰ। ਇਹਦੇ ਕੋਲ ਹੀ ਵਾਜ਼ ਨੋਟ ਹੈਵਿੰਗ ਐਨੀ ਵੈਪਨ ਨਥਿੰਗ, ਐਂਡ 3-4 ਬੰਦੇ ਸੀ। ਇਹ ਗੱਡੀ 'ਚੋਂ ਨਿਕਲ ਕੇ ਇਹ ਆਪ ਬਾਹਰ ਪੁਲਿਸ ਨੂੰ ਆਪ ਸਰੈਂਡਰ ਕੀਤਾ, ਇਹਨਾਂ ਦੇ ਪੁਲਿਸ ਦੇ ਨਾਲ ਆਪ ਇਹ ਬੈਠ ਕੇ ਗਏ ਆ। ਉੱਥੇ ਪੁਲਿਸ ਨੇ ਅੱਜ ਇਹ ਗੱਲ ਆਖੀ ਹੈ ਕਿ ਇੱਥੇ ਫਾਇਰਿੰਗ ਹੋਈ ਹੈ ਕੁਛ ਜੀ, ਅਤੇ ਅਸੀਂ ਕੋਈ ਵੈਪਨ ਰਿਕਵਰ ਕਰਨੇ, ਅਸੀਂ ਦੇਖਣਾ ਹੈ ਵੀ ਜੀ ਕੋਈ ਕੌਨਸਪੀਰੇਸੀ ਹੈ, ਸਟੇਟ ਦੀ ਜਿਹੜੀ ਪੀਸ ਹੈ ਬ੍ਰੀਚ ਹੋਈ ਹੈ। ਬਟ ਅਸੀਂ ਇਹੀ ਗੱਲ 'ਤੇ ਅਪੋਜ਼ ਕੀਤਾ ਹੈਗਾ ਕਿ ਉੱਥੇ ਜੇ 200 ਬੰਦੇ ਪਹਿਲਾਂ ਹੀ ਖੜ੍ਹੇ ਹੈਗੇ ਆ ਆਲਰੇਡੀ, ਤਾਂ ਪੁਲਿਸ ਨੇ ਉਹਨਾਂ 'ਤੇ ਕੋਈ ਪ੍ਰੀਵੈਂਟਿਵ ਐਕਸ਼ਨ ਕਿਉਂ ਨਹੀਂ ਲਿਆ? ਉਹ ਸਪੋਰਟਰ ਸੀਗੇ, ਉਹ ਨਾ ਇਹਨੂੰ ਕੋਈ ਜਾਣਦੇ ਸੀ ਨਾ ਕੁਛ ਸੀ। ਇਹਨੇ ਉਹਨੂੰ ਕਿਹਾ ਸੀਗਾ ਵੀ ਤੇਰੇ ਗੱਲ ਦੇ ਵਿੱਚ ਕੈਂਠਾ ਪਾਇਆ ਹੋਇਆ, ਕੈਂਠੇ ਤੋਂ ਬਾਅਦ ਇਹਦੇ ਕਿਤੇ ਸਲਿਪ ਆਫ ਟੰਗ ਹੋ ਗਿਆ ਕਿ ਇਹਨੇ ਕਹਿ ਦਿੱਤਾ ਤੇਰੇ ਜਿਹੜਾ ਖੰਡਾ ਪਾਇਆ ਉਹਦੇ ਤੋਂ 295A ਜਿਹੜੀ ਇਹਨਾਂ ਨੇ ਐਡ ਕਰ ਦਿੱਤੀ। ਕੋਈ ਇੰਟੈਂਸ਼ਨ ਉਹਨੇ ਕਹਿੰਦਾ ਤੂੰ 5 ਰੁਪਏ ਦਾ ਜਿਹੜਾ ਤੂੰ ਕੈਂਠਾ ਗੱਲ 'ਚ ਪਾਇਆ, ਉਹਨੇ ਪਹਿਲਾਂ ਕੈਂਠਾ ਕਿਹਾ ਅਤੇ ਉਹ ਫਿਰ ਉਹਦੇ ਮੂੰਹ 'ਚੋਂ ਨਿਕਲ ਗਿਆ ਕਿ ਖੰਡਾ ਪਾਇਆ, ਅਤੇ ਉਸ ਗੱਲ ਨੂੰ ਲੈ ਕੇ ਉਹ ਧਾਰਮਿਕ ਭਾਵਨਾਵਾਂ ਹੱਥ ਹੋਈਆਂ ਆਪਣੇ ਸਿੱਖ ਧਰਮ ਦੀਆਂ, ਅਤੇ ਉਸ ਗੱਲ ਨੂੰ ਇਹ ਕਹਿੰਦਾ ਵੀ ਮੈਂ ਇੰਟੈਂਸ਼ਨਲੀ ਨਹੀਂ ਸੀ ਗਿਆ ਸੀ। ਕਿਸ ਤਰ੍ਹਾਂ ਦੇ ਹਾਂਜੀ ਇਹੀ ਕੇਸ ਬੇਲ ਮਿਲ ਗਈ ਨਾਲ? ਹਾਂਜੀ ਹਾਂਜੀ ਇਹਦੇ 'ਚ ਇਸ ਤਰ੍ਹਾਂ ਜੀ ਕਿ ਇਹ ਬਾਹਰ ਤੁਸੀਂ ਆਪਣਾ ਪੱਖ ਨਹੀਂ ਰੱਖ ਸਕਦੇ? ਨਹੀਂ ਅਸੀਂ ਤਾਂ ਦੇਖੋ ਜੀ ਪਹਿਲਾਂ ਅਵੇਲੇਬਲ ਅਫੈਂਸੀ ਸੀਗੀ, ਇਹਨਾਂ ਨੇ 295A ਲਾਈ, ਅਸੀਂ ਪੱਖ ਪੂਰਾ ਰੱਖਿਆ, ਬਟ ਕਿਉਂਕਿ ਇਹ ਫੋਰਨ ਕੰਟਰੀ ਤੋਂ ਆਇਆ ਹੈਗਾ ਇਸ ਕਰਕੇ ਇਹਦੇ ਨਾਲ ਬਾਇਸ ਰਹੀ ਹੈਗੀ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਐਲੀ ਨੂੰ ਅੱਜ ਜ਼ਮਾਨਤ ਮਿਲਣੀ ਚਾਹੀਦੀ ਸੀ ਜਾਂ ਨਹੀਂ। ਇਸ ਵੀਡੀਓ ਵਿੱਚ ਇੰਨਾ ਹੀ, ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ, ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।